ਕੋ ਸੁਭਾਨ ਅੱਲਾ। ਗਦੀਰ ਦਾ ਜਸ਼ਨ ਹੋਵੇ, ਯਕੀਨਨ ਅਲੇ ਸੁਨਤ ਭਾਈ ਵੀ ਤਸ਼ਰੀਫ ਫਰਮਾਓ ਸਨ। ਮੈਂ ਆਖਿਆ ਬਈ ਇਹ ਕਸੀਦਾ ਤੇ ਨਾ ਤੁਹਾਨੂੰ ਇਕੱਠਾ ਕਰਕੇ ਸੁਣਾ ਦੇਈ। ਆਕਾ ਮੇਰਾ ਸੋਹਣਾ ਤੇ ਸੋਹਣੇ ਸੋਹਣ ਲੈਣ, ਆਖੋ ਸੁਭਾਨ ਅੱਲਾ। ਏਡੀ ਮਾਰੂਫ ਨਾ ਤੇ ਅਲੇ ਸੁਨਤ ਭਾਈਆਂ ਦੀ ਪੂਰੀ ਦੁਨੀਆਂ 'ਚ ਪੜ੍ਹੀ ਗਈ ਔਰ ਸੁਣੀ ਗਈ, ਔਰ ਏਡਾ ਸਰੂਰ ਏ ਸਤਰ ਏ, ਬਾਰ ਬਾਰ ਪੜ੍ਹਨ ਨੂੰ ਵੀ ਦਿਲ ਕਰਦਾ ਹੈ ਤੇ ਬਾਰ ਬਾਰ ਸੁਣਨ ਨੂੰ ਵੀ ਦਿਲ ਕਰਦਾ ਹੈ। ਆਖਾ ਮੇਰਾ ਸੋਹਣਾ ਤੇ ਸੋਹਣੇ ਸੋਹਣ ਲੈਣ, ਹਲੀਮਾ ਦਾ ਪਿਆਰਾ ਤੇ ਆਮਿਨਾ ਦਾ ਚੈਨ। ਇੱਕ ਵਾਰੀ ਪਿਛਲੇ ਆਖੋ ਸੁਭਾਨ ਅੱਲਾ। ਮੈਂ ਫਿਰ ਪੜ੍ਹਾਂ ਇੱਕ ਵਾਰੀ, ਆਖਾ ਮੇਰਾ ਸੋਹਣਾ ਤੇ ਉਸ ਬਾਦਸ਼ਾਹ ਦੀ ਫਜ਼ੀਲਤ ਏ ਜਿਸ ਬਾਦਸ਼ਾਹ 1,25,000 ਖਾਜੀਆਂ ਦੇ ਮਜਮੇ 'ਚ ਫਿਰਾ ਦਾ ਹੱਥ ਬੁਲੰਦ ਕਰਕੇ ਵੇਖਿਆ। ਆਖਾ ਮੇਰਾ ਸੋਹਣਾ ਤੇ ਇਹਦੇ ਬਾਅਦ ਹੁਣ ਬੀਬੀ ਦਾ ਤਰਸ ਵੀ ਵੇਖਿਆ ਹੈ। ਇੱਕ ਇੱਕ ਸਤਰ ਜਿਹੜੀ ਹੁਸੈਨ ਦੀ ਅੰਮਾ ਤਾਂ ਕੀਤੀ, ਸੋਹਣੇ ਸੋਹਣ ਨੈਣ ਹਲੀਮਾ ਦਾ ਪਿਆਰਾ ਤੇ ਆਮਿਨਾ ਦਾ ਚੈਨ, ਹਲੀਮਾ ਦਾ ਪਿਆਰਾ ਤੇ ਆਮਿਨਾ ਦਾ ਚੈਨ, ਹਲੀਮਾ ਦਾ ਪਿਆਰਾ ਤੇ ਆਮਿਨਾ ਦਾ ਚੈਨ, ਹਲੀਮਾ ਦਾ ਪਿਆਰਾ ਤੇ ਆਮਿਨਾ ਦਾ ਚੈਨ। ਆ ਮੇਰਾ ਫਿਰਾ ਗੱਲ ਮੁੱਕੀ ਨਹੀਂ, ਸ਼ਬੀਰ ਦੇ ਮਿੰਬਰ ਤੇ ਇਹਦੇ ਖਦੀਰੇ ਨਜਮ ਸ਼ਿਰਾ ਦੀ ਪਿਆਦਾ ਹੈ, ਮੁਸਤਫਾ ਦਾ ਲਾਡਲਾ ਤੇ ਫਾਤਿਮਾ ਦਾ ਚੈਨ, ਮਾਤਮੀ ਦੀ ਜ਼ਿੰਦਗੀ ਹੈ ਸਿਰਫ ਯਾ ਹੁਸੈਨ। ਖਬਰ ਭਾਈ ਮਿਹਰਬਾਨੀ, ਸਹੀ ਮਿਹਰਬਾਨੀ ਜੀ, ਮਿਹਰਬਾਨੀ, ਇਕੱਠਾ ਬੋਲੋ ਹੈਦਰ। ਸਹੀ ਮਿਹਰਬਾਨੀ ਜੀ, ਮਿਹਰਬਾਨੀ ਜੀ, ਜੁਰਤ ਨਾਲ ਬੋਲੋ ਹੈਦਰੀ। ਮੁਸਤਫਾ ਦਾ ਲਾਡਲਾ ਤੇ ਫਾਤਿਮਾ ਦਾ ਚੈਨ, ਕੌਣ ਹੈ ਹੁਸੈਨ? ਹਾਂ ਮਜਲਸੇ ਹੁਸੈਨ ਰਸੂਲ ਆ ਕੇ ਕਹਿ, ਹੁਸੈਨ ਯਾ ਹੁਸੈਨ ਯਾ ਹੁਸੈਨ ਯਾ। ਇਹ ਹੱਥ ਬੁਲੰਦ ਹੋਵੇ ਤੇ ਯਕੀਨਨ ਮੇਰੇ ਹੱਕ 'ਚ ਦੁਆ ਹੈ। ਜੇ ਸੱਤਰ ਦਾ ਫਿਰਾ ਦਾ ਹੁਕਮ ਆਈ, ਇੱਕ ਲਫ਼ਜ਼ ਸੌਤ, ਸੌਤ ਦਾ ਮਤਲਬ ਹੈ ਆਵਾਜ਼। ਕੀ ਮਤਲਬ ਹੈ? 10 ਮੁਹਰਮ ਕਈ ਐਸੀਆਂ ਜਗ੍ਹਾ ਵੇਖੀਆਂ ਬਈ ਜਿੱਥੇ ਸ਼ੀਆ ਮਾਤਮ ਕਰ ਰਹੇ ਤੇ ਸੁਨਤ ਫਿਰਾ ਸਭੀ ਲਾ ਰਹੇ। ਹੁਸੈਨ ਦੇ ਨੌਕਰ ਜੋ ਹੋਏ ਤਾਂ ਫਿਰ ਮੌਲਾ ਹੁਸੈਨ ਦੀ ਗੱਲ ਹੋਵੇ ਤੇ ਗੱਲ ਤਾਂ ਫਿਰ ਸ਼ੀਆ ਸੁਨੀ ਫਿਰਾਵਾਂ ਦੀ ਇਕੱਠੀ ਹੈ ਨਾ, ਚੂੰਕਿ ਰਸੂਲ ਦੇ ਪੁੱਤਰ ਦੀ ਸੈਯਦਾ ਦਾ ਗੱਲ ਹੈ। 71 ਪੜ੍ਹਨ ਲੱਗਾ, ਮਗਰ ਕੁਝ ਲੋਕਾਂ ਦਾ ਇਤਰਾਜ਼ ਹੈ, ਹੁਸੈਨ ਦਾ ਦੁਸ਼ਮਣਾ ਦੇ ਉਹ ਸ਼ੀਆ ਨਾ ਧੁੱਪ ਵੇਦੇ ਨਾ ਛਾਂ, ਨਾ ਗਰਮੀ ਨਾ ਸਰਦੀ, ਜਿੱਥੇ ਵੇਖੋ ਮਾਤਮ, ਜਿੱਥੇ ਵੇਖੋ ਪਿੰਡ ਰਹਿਣ, ਨਾ ਰਾਤ ਨਾ ਦਿਨ, ਨਾ ਬਾਰਿਸ਼ ਨਾ ਤੂਫਾਨ, ਨਾ ਸਰਦੀ ਨਾ ਗਰਮੀ। ਸੌਤ ਦਾ ਮਤਲਬ ਹੈ ਆਵਾਜ਼। ਆ ਮੈਂ ਉਸਨੂੰ ਚੈਲੰਜ ਕਰਕੇ ਪਿਆਦਾ, ਜ਼ਿਕਰੇ ਹੁਸੈਨ ਫਰਸ਼ ਤੇ ਖਾਲਿਕ ਦੀ ਸੌਤ, ਮਾਤਮ ਮੇਰੇ ਹੁਸੈਨ ਦੇ ਕਾਤਲ ਦੀ ਮੌਤ ਹੈ। ਸ਼ੀਆ ਸੁਨੀ ਬੋਲੇ, ਹੁਸੈਨ ਦਾ ਨੌਕਰ ਬੋਲੇ ਹੈਦਰੀ। ਵੰਡ ਹੋਣ ਲੱਗੀ ਏ ਤੇ ਜਿਹੜੇ ਹੁਸੈਨ ਦੀ ਪਾਰਟੀ ਦੇ ਨਾ, ਯਕੀਨਨ ਯਕੀਨਨ ਉਹ ਮੇਰੇ ਹੱਕੀ ਦੁਆ ਕਰ ਸਨ, ਜ਼ਿਕਰੇ ਹੁਸੈਨ ਫਰਸ਼ ਤੇ ਖਾ।
ਮੌਤ ਹੈ ਅਰਸ਼ ਵਾਲ ਮਾਤਮ ਹੁਸੈਨ ਕਰਕੇ ਕਹਿ ਮਰ ਗਿਆ ਯਜ਼ੀਦ ਅੱਜ ਵੀ ਜ਼ਿੰਦਾ ਹੈ ਹੁਸੈਨ ਲਓ ਜੀ ਅੱਜ ਦੇ ਦਿਨ ਦਾ ਸਦਕਾ ਜਿਤਨੇ ਵੀ ਔਲਾਦ ਨੇ ਔਰ ਜਿਹੜੀਆਂ ਛੋਲੀਆਂ ਸਿੱਕਦੀਆਂ ਪਈਆਂ ਸਲਮਾਨ ਭਾਈ ਵੀ ਮੇਰੇ ਜ਼ਿੰਮੇ ਦੁਆ ਲਾਈ ਮੇਰਾ ਅੱਲਾ ਇਸ ਖੁਸ਼ੀ ਦਾ ਸਦਕਾ ਉਹਨਾਂ ਨੂੰ ਹਯਾਤੀਆਂ ਲਈ ਮਾਤਮੀ ਪੁੱਤਰ ਅਤਾ ਫਰਮਾ ਇਤਨਾ ਹੀ ਮੈਂ ਪੜ੍ਹ ਸਕਦਾ ਇਸ ਮਗਰ ਤੁਹਾਡੀ ਮੁਹੱਬਤ ਵਿੱਚ ਮੈਂ ਢੇਰ ਸਾਰਾ ਪੜ੍ਹ ਗਿਆ ਇੱਕ ਕਸੀਦਾ ਮੈਂ ਹੋਰ ਪੜ੍ਹ ਰਿਹਾ ਉਹਦੀ ਨਸਰ ਹੈ ਬਈ ਉਹਦੇ 'ਚ ਮੈਨੇ ਗੱਲ ਦਾ ਜਵਾਬ ਦਿਓ ਲੜਾਈ ਕਿਸੇ ਮਸਲੇ ਦਾ ਹੱਲ ਲੜਾਈ ਨਾਲ ਗੱਲ ਵੱਧਦੀ ਹੈ ਘਟਦੀ ਲੜਾਈ ਨਾਲ ਮਸਲਾ ਖਰਾਬ ਹੁੰਦਾ ਠੀਕ ਦਿਓ ਇਜਾਜ਼ਤ ਤੇ ਲੜਾਈ ਕੋਈ ਨਹੀਂ ਕਸੀਦਾ ਪੜ੍ਹਾਂ ਜੀ